Hanji Gangstero ਅੱਜ ਅਸੀਂ ਸ਼ੈਫੀਲਡ ਚ ਆਏ ਆ ਬਾਰਿਸ਼ ਲੈਣੀ ਪਈ ਲੰਚ ਟਾਈਮ ਹੈ ਤਾਂ ਤੁਸਾਂ ਬੰਦਿਆਂ ਰეკਮੈਂਡ ਕੀਤੀ ਸੀ ਇਹ ਜਗ੍ਹਾ ਇਮਰਾਨਸ ਹੁਣ ਜਰਾ ਕੰਦਰ ਚੁੱਲਨੇ ਆ ਉਹ ਬਗਰ ਸ਼ੇਕ ਟਰਾਈ ਕਰਨੇ ਕਾ ਹਾਲ ਹੈ ਅਚੋ ਮਾਣ ਨਾਲ ਕਾਫੀ ਅਰਸਾ ਹੋਇਆ ਮੈਂ ਕੀ ਇਹਨਾਂ ਬਾਰੇ ਸੁਣਿਆ ਵਾ ਪਰ ਆਹਣੇ ਹੋਣੇ ਨਾ ਅੱਜ ਮੌਕਾ ਵੀ ਹੈ ਤਾਂ ਦਸਤੂਰ ਵੀ ਹੈ ਤਾਂ ਮੁਜ਼ੀ ਅਫੀਸ਼ੀਅਲ ਪਹੁੰਚਿਆ ਲੰਚ ਟਾਈਮ ਵੀ ਕਾਫੀ ਬਿਜ਼ੀ ਸੀ ਜਗ੍ਹਾ ਤੇ ਮੈਂ ਸੋਚਣਾ ਸਪੇ ਕਿ ਸ਼ਾਮੀ ਲਕਾ ਆਲੋ ਸੀ ਪਰ ਚਲੋ ਉਹ ਜਾਣਨ ਨੂੰ ਨਾ ਕੰਮ ਜਾਣਾ ਖਾਣੇ ਵੇਟ ਕਰਨੇ ਪਏ ਤਾਂ ਚਲੋ ਪਹਿਲੇ ਪੋਟੇਟੋ ਵੈਜਸ ਇਹਨਾਂ ਟਰਾਈ ਕਰੀ ਕਿੰਨੇ ਆਮ ਨੋ ਗਣ ਲਾ ਇਹਨਾਂ ਪੋਟੇਟੋ ਵੈਜਸ ਕਾਫੀ ਸਵਾਦਲੇ ਸਨ ਓਏ ਕੋਟਿੰਗ ਵੀ ਨਾਈਸ ਸੀ ਤਾਂ ਪਰ ਆਲੂ ਵੀ ਨਾਈਸ ਕੁੱਕ ਹੋਇਆ ਸੀ ਹੋਰ ਕਿਆ ਚੀਜ਼ ਨਾ ਬੰਦੇ ਕੀ ਹੁਣ ਵਾਰੀ ਆਈ ਹੈ ਇਹਨਾਂ ਨੇ ਮੇਨ ਇਵੈਂਟ ਦੀ ਜਾਇ ਇਹਨਾਂ ਨੇ ਸਪਾਈਸੀ ਚਿਕਨ ਬਰਗਰ ਹੈ ਮੈਂ ਚਲੋ ਟਰਾਈ ਕਰਨੇ ਆ ਨਾ ਕਿਤਨੇ ਵੀ ਆ ਨਾ ਸੋਆ ਜਿਹੜਾ ਲਾਲਾ ਇੱਥੇ ਕੰਮ ਕਰਨਾ ਸੀ ਉਸ ਵੀ ਆਇਆ ਸੀ ਅਸਾਂ ਕਾਫੀ ਹੈ ਬਰਗਰ ਵਿਕਣਾ ਮੈਂ ਚਲੋ ਠੀਕ ਹੈ ਕਿਣੀ ਆਣੋ ਸਕਿਆ ਇਸ ਪਹਿਲੇ ਚੱਕਸ ਵੀ ਪਤਾ ਲੱਗ ਗਿਆ ਸੀ ਕਿ ਚਿਕਨ ਵੀ ਨਾਈਸਲੀ ਕੁਕਡ ਹੋਈ ਸੀ ਅਪਰ ਜਿਹੜਾ ਮਸਾਲਾ ਲਗਾ ਸੀ ਉਹ ਵੀ ਕਾਫੀ ਨਾਈਸ ਸੀ ਆਈ ਰੀਲੀ ਇੰਜੋਇਡ ਦਿਸ ਬਰਗਰ ਇਟ ਵਾਸ ਰੀਲੀ ਨਾਈਸ ਫ੍ਰਾਈਜ਼ ਇਨ ਐਨ ਸਟੈਂਡਰਡ ਫ੍ਰਾਈਜ਼ ਐਂਡ ਦੇਰ ਵਾਸ ਨਥਿੰਗ ਸਪੈਸ਼ਲ ਅਬਾਊਟ ਦਮ ਪਰ ਇਹ ਕਿ ਤਾਜ਼ੇ ਕੁਕ ਹੋਏ ਸਨ ਇਤਨੀ ਗੱਲ ਜ਼ਰੂਰ ਰੱਖਾਂ ਫਿਰ ਤੁਹਾਨੂੰ ਕੀ ਪਤਾ ਹੈ ਕਿ ਮੂਜ਼ੀ ਅਫੀਸ਼ੀਅਲ ਕੋ ਰਹਿ ਅੱਛਾ ਤਾਂ ਫਿਰ ਵਿੰਗਾਂ ਸ਼ਿੰਗਾਂ ਨਾ ਹੋਣੇ ਕਦੇ ਹੋਈ ਨਹੀਂ ਸਕਦਾ ਇਹਨਾਂ ਨੇ ਇਹਨਾਂ ਨੇ ਗ੍ਰਿਲ ਪੈੜੀ ਪੈੜੀ ਵਿੰਗਸ ਇਤਨੀ ਗੱਲ ਜ਼ਰੂਰ ਰੱਖਾਂ ਕਿ ਕੁਕ ਠੀਕ ਹੋਈਆਂ ਸਨ ਪਰ ਇਹ ਕਿ ਮਸਾਲਾ ਇਤਨਾ ਖਾਸ ਕੋ ਨਹੀਂ ਸੀ ਨਾ ਪਰ ਜੀ ਇਹਨਾਂ ਦੀ ਸ਼ਕਲ ਜਾਂ ਰੰਗਤ ਸੀ ਨਾ ਉਸ ਲੈਵਲ ਪਰ ਮਜ਼ਾ ਨਹੀਂ ਆਇਆ ਭਾਈ ਜੀ ਗਾਇਜ਼ ਕਮੈਂਟਸ ਵਿੱਚ ਕੋਈ ਵਿੰਗਾਂ ਵਾਲੀ ਜਗ੍ਹਾ ਜ਼ਰੂਰ ਦੱਸੇ ਸੋ ਗੱਟ ਗੱਟ ਕਰੀ ਕਿ ਮੈਂ ਮੰਗੋ ਨਾਲ ਖਾਣਾ ਹਜ਼ਮ ਕੀਤਾ ਵਾਟ ਡੂ ਆ ਗਿਵ ਇਮਰਾਨਸ ਇਨ ਸ਼ੈਫੀਲਡ ਇਟਸ ਅ ਡੀਸੈਂਟ 7.5 out of 10